ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਪਿਛਲੇ ਦਿਨੀ ਪੰਜਾਬ ਦੇ ਵਿੱਚ ਪਏ ਮੀਂਹ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਤੇ ਭਾਰੀ ਨੁਕਸਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੇ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਸਵਾਲ ਖੜੇ ਕੀਤੇ ਗਏ ਨੇ। ਹਰਿੰਦਰਪਾਲ ਚੰਦੂ ਮਾਜਰਾ ਅੱਜ ਨਾਭਾ ਦੇ ਵਿੱਚ ਇੱਕ ਨਿੱਜੀ ਸਮਾਗਮ ਦੇ ਵਿੱਚ ਹਿੱਸਾ ਲੈਣ ਨਾਭਾ ਪਹੁੰਚੇ ਸਨ। ਅਕਾਲੀ ਦਲ ਦੇ ਵਿਧਾਇਕ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨੇ ਆਪਣੇ ਹਲਕੇ ਦੇ ਵਿੱਚ ਹੋਏ ਭਾਰੀ ਨੁਕਸਾਨ ਲਈ ਕੋਈ ਵੀ ਵੱਡਾ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਲਈ ਨਹੀਂ ਭੇਜਿਆ। ਉਹਨਾਂ ਕਿਹਾ ਕਿ ਪਹਿਲਾਂ ਵੀ ਭਾਰੀ ਮੀਂਹ ਦੇ ਨਾਲ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਕਿਸਾਨਾਂ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ, ਇਸ ਲਈ ਇਸ ਵਾਰ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ। ਵਿਧਾਇਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 7 ਅਕਤੂਬਰ ਨੂੰ ਪਟਿਆਲਾ ਦੇ ਵਿੱਚ ਕੀਤੀ ਜਾ ਰਹੀ ਰੈਲੀ ਇਤਿਹਾਸਿਕ ਹੋਵੇਗੀ, ਜੋ ਕਿ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਦੇਖੋ, ਪਹਿਲਾਂ ਹੀ ਅੰਦੇਸ਼ਾ ਸੀ ਵੀ ਇਸ ਵਾਰੀ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਤੇ ਮੌਸਮ ਵਿਭਾਗ ਦੀਆਂ ਜਾਣਕਾਰੀਆਂ ਸਾਰੀਆਂ ਦੱਸ ਰਹੀਆਂ ਸੀ, ਪਰ ਇਸ ਦੇ ਬਾਵਜੂਦ ਜਿਹੜਾ ਪ੍ਰਸ਼ਾਸਨ ਹੈ ਉਹਨੇ ਕੋਈ ਪ੍ਰਵਾਹ ਨਹੀਂ ਕੀਤੀ। ਕੁੰਭਕਰਨੀ ਨੀਂਦ ਸੁੱਤਾ ਰਿਹਾ। ਵੱਡੀ ਗਿਣਤੀ ਦੇ ਵਿੱਚ ਮੈਂ ਸਮਝਦਾ ਵੀ ਬਹੁਤ ਵੱਡਾ ਕਾਰਨ ਆ ਕਿ ਜਿਹੜੇ ਡਰੇਨਾਂ ਦੀ ਸਫਾਈ ਆ ਉਹ ਸਮੇਂ ਸਿਰ ਨਹੀਂ ਕਰ ਸਕੇ ਹੈਗੇ। ਕੋਈ ਫੰਡ ਨਹੀਂ ਉਹਦੇ ਵਾਸਤੇ ਰੱਖੇ, ਕੇਵਲ ਨਰੇਗਾ ਤੇ ਡਿਪੈਂਡੈਂਟ ਰਹੇ, ਜਿਹਦਾ ਕਾਰਨ ਇੱਕ ਬਹੁਤ ਵੱਡਾ ਕਾਰਨ ਬਣਿਆ ਹੈ ਇਸ ਨੁਕਸਾਨ ਦਾ। ਦੂਸਰੀ ਗੱਲ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਸਪੈਸ਼ਲ ਗਿਰਦਾਵਰੀਆਂ ਕਰਾ ਕੇ ਜਿਹੜਾ ਮੁਆਵਜ਼ਾ ਹੈ ਉਹ ਬਿਜਾਈ ਤੋਂ ਪਹਿਲਾਂ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ, ਕਿਉਂਕਿ ਪਿਛਲੇ ਸਾਲ ਕੀ ਹੋਇਆ ਕਿ ਖੜੀ ਕਣਕ ਦੇ ਉੱਤੇ ਗੜੇਮਾਰੀ ਹੋਈ, ਪਰ ਸਵਾ ਸਾਲ ਦੇ ਬਾਅਦ ਜਿਹੜਾ ਹੈਗਾ ਉਹ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ। ਸੋ ਹੁਣ ਬੇਨਤੀ ਆ ਵੀ ਉਹਨੂੰ ਸਮੇਂ ਸਿਰ ਜਿਹੜਾ ਹੈਗਾ ਬਿਜਾਈ ਤੋਂ, ਕਣਕ ਦੀ ਬਿਜਾਈ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ। ਤੀਜੀ ਮੇਰੀ ਮੰਗ ਆ, ਦੇਖੋ ਮੈਂ ਪੂਰੇ ਇਲਾਕੇ ਦਾ ਪਟਿਆਲੇ ਦੇ ਕਾਫੀ ਹਿੱਸੇ ਜਾ ਕੇ ਆਏ ਹਾਂ, ਕੋਈ ਵੱਡਾ ਅਧਿਕਾਰੀ ਉਹਨਾਂ ਕਿਸਾਨਾਂ ਦੀ ਸਾਰ ਲੈਣ ਤੱਕ ਨਹੀਂ ਪਹੁੰਚਿਆ ਹੈਗਾ। ਇੱਥੋਂ ਤੱਕ ਕਿ ਕਈ ਥਾਵਾਂ ਤੇ ਪਾੜ ਜਿੱਥੇ ਪਏ ਆ, ਤਾਂਗਰੀ ਨਦੀ ਟੁੱਟੀ ਆ, ਉੱਥੇ ਵੀ ਕੋਈ ਵੱਡਾ ਅਧਿਕਾਰੀ ਨਹੀਂ ਪਹੁੰਚਿਆ, ਲੋਕਾਂ ਨੇ ਆਪ ਹਿੰਮਤ ਕਰਕੇ ਉਹ ਪਾੜ ਪੂਰੇ ਨੇ। ਪ੍ਰਸ਼ਾਸਨਿਕ ਅਕੁਸ਼ਲਤਾ ਦੀ ਜਿੰਦਾ ਜਾਗਦੀ ਤਸਵੀਰ ਆ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ। ਮੇਰੀ ਬੇਨਤੀ ਆ ਕਿ ਇਹ ਜਿਹੜੀਆਂ ਫਸਲਾਂ ਦੀਆਂ ਗਿਰਦਾਵਰੀਆਂ ਜਿੱਥੋਂ ਪਾਣੀ ਫਸਲਾਂ ਦੇ ਉੱਤੋਂ ਦੇ ਲੰਘਿਆ, ਉਹਨੂੰ ਇਹ ਅਧਿਕਾਰੀ ਅਕਸਰ ਕਹਿ ਦਿੰਦੇ ਆ ਵੀ ਇਹ ਤਾਂ ਜਿਹੜਾ ਹੈਗਾ ਫਸਲ ਠੀਕ ਖੜੀ ਆ, ਪਰ ਬੇਸਿਕਲੀ ਉਹ ਫਸਲ ਦਾ ਜਿਹੜਾ ਦਾਣਾ ਖਰਾਬ ਹੋ ਜਾਂਦਾ ਉਹਨੂੰ ਕੋਈ ਚੁੱਕਦਾ ਨਹੀਂ ਹੈਗਾ, ਉਹਦੇ ਵਿੱਚ ਚੌਲ ਬਣਦਾ ਹੀ ਨਹੀਂ ਹੈਗਾ। ਤੇ ਮੇਰੀ ਬੇਨਤੀ ਆ ਵੀ ਉਹਨੂੰ ਵੀ ਖਰਾਬੇ ਦੇ ਵਿੱਚ ਜਿਹੜਾ ਲਿੱਤਾ ਜਾਵੇ, ਕੰਸੀਡਰ ਕੀਤਾ ਜਾਵੇ, ਨਹੀਂ ਸਰਕਾਰ ਗਰੰਟੀ ਲਵੇ ਉਸ ਫਸਲ ਨੂੰ ਚੁੱਕਣ ਦੀ, ਆਪਣੇ ਬਲੂਚੇ ਦੇ ਆਪਣੇ ਕੋਈ ਸਪੈਸ਼ਲ ਪ੍ਰਪੋਜ਼ਲ ਬਣਾ ਕੇ ਉਸ ਫਸਲ ਨੂੰ ਚੁੱਕੇ। ਸੋ ਤਿੰਨ ਚੀਜ਼ਾਂ ਸਾਡੀਆਂ, ਇੱਕ ਤਾਂ ਗਰਦੋਬਰੀ ਜਿਹੜੀ ਹੈਗੀ ਆ ਉਹਦਾ ਪੈਸਾ ਸਮੇਂ ਸਿਰ ਮੁਆਵਜ਼ਾ ਦਿੱਤਾ ਜਾਵੇ, ਦੂਸਰੀ ਗੱਲ ਆ ਜਿਹੜੀ ਖੜੀਆਂ ਫਸਲਾਂ ਦੇ ਉੱਤੋਂ ਦੀ ਪਾਣੀ ਲੰਘਿਆ ਉਹਨੂੰ ਵੀ ਨੁਕਸਾਨ ਦੇ ਵਿੱਚ ਕੰਸੀਡਰ ਕੀਤਾ ਜਾਵੇ, ਤੀਜੀ ਗੱਲ ਆ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿ ਕਿਹਨਾਂ ਦੀ ਜ਼ਿੰਮੇਵਾਰੀ ਸੀ। ਸਰਕਾਰ ਅਸਲੀਅਤ ਆ ਜਿਹੜੀ ਸੱਚ ਆ ਜਿਹੜਾ ਆਪਣੀ ਗਲਤੀ ਮੰਨ ਕੇ ਸਰਕਾਰ ਕਰੇ ਅੱਗੋਂ ਵਾਸਤੇ ਯਕੀਨ ਬਣਾਵੇ ਤੇ ਮੇਕ ਸ਼ੋਰ ਕਰੇ ਕਿ ਸਮੇਂ ਸਿਰ ਜਿਹੜੀਆਂ ਸਫਾਈਆਂ ਹੋਣ। ਦੇਖੋ, 7 ਅਕਤੂਬਰ ਦੀ ਰੈਲੀ ਲੋਕ ਮੁੱਦਿਆਂ ਦੇ ਉੱਤੇ ਰੈਲੀ ਆ, ਤੇ ਜਿਸ ਤਰੀਕੇ ਦੇ ਨਾਲ ਲੋਕਰਾਜ ਦਾ ਘਾਣ ਬਾਕੀ ਪੰਜਾਬ ਵਿੱਚ ਤਾਂ ਕੀਤਾ ਹੀ ਕੀਤਾ ਗਿਆ, ਪਰ ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਬੂਥ ਕੈਪਚਰਿੰਗ ਕੀਤੀ ਗਈ, ਕਾਊਂਟਿੰਗ ਕੈਪਚਰਿੰਗ ਦਾ ਇੱਕ ਨਵਾਂ ਫਿਰਤਾ ਜਿਹੜੀ ਇੱਕ ਨਵਾਂ ਟ੍ਰੈਂਡ ਆ ਉਹ ਛੇੜਿਆ ਗਿਆ, ਤੇ ਫਿਰ ਤੀਜੀ ਗੱਲ ਜਿਹੜੇ ਲੋਕਾਂ ਨੇ ਬੂਥ ਕੈਪਚਰਿੰਗ ਕੀਤੀ ਆ ਹਰਿਆਣੇ ਤੋਂ ਬੁਲਾ ਬੁਲਾ ਕੇ ਗੁੰਡੇ, ਉਹਨਾਂ ਨੂੰ ਤਾਂ ਮਹਿਮਾਨ ਬਣਾ ਕੇ ਰੱਖਿਆ ਪੁਲਿਸ ਨੇ ਜਦੋਂ ਹਵਾਲੇ ਕੀਤੇ, ਪਰ ਜਿਨ੍ਹਾਂ ਲੋਕਾਂ ਨੇ ਹਵਾਲੇ ਕੀਤੇ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਗਏ। ਸੋ ਜਿੰਨੀ ਵੱਡੀ ਗਿਣਤੀ ਦੇ ਵਿੱਚ ਸੀਐਮ ਸਾਹਿਬ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਸਰਕਾਰ ਨੂੰ ਜਿੱਤਣ ਵਾਸਤੇ ਪਰਚਿਆਂ ਦਾ ਸਹਾਰਾ ਲੈਣਾ ਪਿਆ, ਬੂਥ ਕੈਪਚਰਿੰਗ ਦਾ ਸਹਾਰਾ ਲੈਣਾ ਪਿਆ, ਉਹ ਸਾਰੇ ਮੁੱਦੇ ਨੇ ਜਿਹੜੇ ਇਸ ਰੈਲੀ ਵਿੱਚ ਉਭਾਰੇ ਜਾਣਗੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਇਹ ਸਰਕਾਰ ਲੋਕਰਾਜੀ ਕਦਰਾਂ ਕੀਮਤਾਂ ਦਾ ਮਾਣ ਸਤਿਕਾਰ ਕਰਨਾ ਸਿੱਖ ਸਕੇ, ਤੇ ਲੋਕ ਸ਼ਕਤੀ ਦੇ ਅੱਗੇ ਵੱਡੀਆਂ ਵੱਡੀਆਂ ਸਰਕਾਰਾਂ ਝੁਕੀਆਂ, ਇੰਦਰਾ ਗਾਂਧੀ ਦੀ ਸਰਕਾਰ ਝੁਕੀ ਸੀ ਲੋਕ ਸ਼ਕਤੀ ਦੇ ਅੱਗੇ। ਸੋ ਸਾਨੂੰ ਉਮੀਦ ਆ ਕਿ ਲੋਕਾਂ ਦਾ ਹਰ ਜਿਹੜਾ ਉਸ ਦਿਨ ਪਟਿਆਲੇ ਦੀ ਧਰਤੀ ਤੇ ਆਊਗਾ ਉਹ ਆਪਣੇ ਆਪ ਮੁੱਖ ਮੰਤਰੀ ਸਾਹਿਬ ਨੇ, ਵੈਸੇ ਤਾਂ ਅਕਾਲੀ ਦਲ ਦੇ ਬੂਥਾਂ ਤੇ ਲੱਗੀਆਂ ਹੋਈਆਂ ਰੌਣਕਾਂ ਇਸ ਸਰਕਾਰ ਨੂੰ ਆਪਣੇ ਆਪ ਚ ਬਹੁਤ ਵੱਡਾ ਸੁਨੇਹਾ ਦੇ ਗਈਆਂ ਕਿ ਤੁਹਾਨੂੰ ਆਪਣੇ ਵਾਅਦੇ ਪੂਰੇ ਕਰਨੇ ਪੈਣੇ ਆ, ਤੁਹਾਨੂੰ ਜਿਹੜੀਆਂ ਗੱਲਾਂ ਤੇ ਤੁਸੀਂ ਗਲਤ ਗੱਲਾਂ ਤੇ ਉਤਰੇ ਹੋਏ ਹੋ ਤੁਹਾਨੂੰ ਉਹਨਾਂ ਗੱਲਾਂ ਤੋਂ ਪਿੱਛੇ ਹਟਣਾ ਪਊਗਾ, ਪਰ ਜਿਹੜੀ ਆਖਰੀ ਮੈਂ ਸਮਝਦਾ ਆਪਣੇ ਆਪ ਦੀ ਸਰਕਾਰ ਨੂੰ ਜਗਾਉਣ ਦਾ ਇੱਕ ਬਹੁਤ ਵੱਡਾ ਕੰਮ ਕਰੂਗੀ 7 ਤਰੀਕ ਦੀ ਜਿਹੜੀ ਜ਼ਬਰ ਵਿਰੋਧੀ ਰੈਲੀ। ਨਾਭਾ ਤੋਂ ਰਜੇਸ਼ ਬਜਾਜ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।